ਸਖੇੜੀ ਤੋਂ ਚੱਲ ਕੇ ਗੱਡੇ ਤੇ ਬਿਠਾ ਕੇ ਮੋਰਿੰਡੇ ਦੀ ਧਰਤੀ ਲੈ ਕੇ ਗਏ। ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਹੈ, ਕੋਤਵਾਲੀ ਸਾਹਿਬ। ਉਸ ਵੇਲੇ ਥਾਣੇ ਨੂੰ ਕੋਤਵਾਲੀ ਕਹਿੰਦੇ ਸੀ, ਅੱਜ ਵੀ ਉਹਨਾਂ ਦੀ ਬੋਲੀ 'ਚ ਲਫ਼ਜ਼ ਕੋਤਵਾਲੀ ਵਰਤਿਆ ਜਾਂਦਾ ਹੈ। ਜੇਲ੍ਹ ਦੇ ਵਿੱਚ ਭੁੱਖ ਨੇ ਭਾਣੇ, ਕੋਈ ਤਨ ਦੇ ਉੱਤੇ ਨਿੱਘ ਲੈਣ ਲਈ ਬਸਤਰ ਨਹੀਂ। ਸਾਰੀ ਰਾਤ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ ਨੇ ਇਸ ਅਸਥਾਨ 'ਤੇ ਗੁਰਮੁਖੋਂ ਗੁਜ਼ਾਰੀ। ਠੰਡ ਦੀਆਂ ਰਾਤਾਂ ਦੇ ਵਿੱਚ ਕਦੀ ਇਹਨਾਂ ਗੱਲਾਂ ਨੂੰ ਮਹਿਸੂਸ ਕਰਿਓ। ਅਸੀਂ ਵੀ ਬੱਚਿਆਂ ਵਾਲੇ ਹਾਂ, ਅਸੀਂ ਵੀ ਅੱਜ ਆਪਣੇ ਆਪ ਨੂੰ ਸਿੱਖ ਕਵਾਉਂਦੇ ਹਾਂ, ਪਰ ਤਨ ਬਸਤਰਾਂ ਨਾਲ ਢੱਕ ਕੇ ਵੀ ਨਿੱਘ ਹੋਰ ਲੈਣ ਲਈ ਬਸਤਰਾਂ ਨੂੰ ਲੈਂਦੇ ਹਾਂ। ਸੰਸਾਰ ਦਾ ਸੁੱਖ ਮਾਣਦੇ ਹਾਂ, ਸ਼ਾਇਦ ਕਦੀ ਕਦੀ ਭਾਵੇਂ ਕਿਤੇ ਗੁਰੂ ਦੀ ਯਾਦ ਆਏ, ਨਹੀਂ ਤਾਂ ਅਸੀਂ ਉਸ ਯਾਦ ਤੋਂ ਅਜੇ ਵੀ ਕੋਹਾਂ ਦੂਰ ਹਾਂ। ਆਓ ਇਹਨਾਂ ਥਾਵਾਂ 'ਤੇ ਬੈਠੋ, ਮਹਿਸੂਸ ਕਰੋ, ਸਿਜਦਾ ਕਰੋ ਉਹਨਾਂ ਦੇ ਚਰਨਾਂ ਦੇ ਵਿੱਚ। ਮਾਂ ਗੁਜ਼ਰੀ, ਤੂੰ ਧੰਨ ਹੈ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ, ਤੁਹਾਡੇ ਚਰਨਾਂ 'ਚ ਵਾਰ ਵਾਰ ਨਮਸਕਾਰ ਹੈ। ਆਪਣੇ ਚਰਨਾਂ ਦਾ ਇੱਕ ਕਿਣਕਾ ਸਾਡੀ ਝੋਲੀ ਜ਼ਰੂਰ ਪਾ ਦਿਓ। ਇਤਿਹਾਸ ਵਾਰ ਵਾਰ ਇਸ ਗੱਲ ਨੂੰ ਦੁਹਰਾਏਗਾ ਕਿ ਅਸੀਂ ਉਹਨਾਂ ਇਤਿਹਾਸ ਦੀਆਂ ਪੈੜਾਂ ਤੋਂ ਗੁਰਮੁਖੋਂ ਕੁਝ ਸਿੱਖੀਏ ਜ਼ਰੂਰ। ਇਹ ਪੂਰੀ ਰਾਤ ਜਾਨੀ ਖਾਂ ਅਤੇ ਮਾਨੀ ਖਾਂ ਦੇ ਕੋਲ ਬੀਤ ਗਈ। ਅਗਲੇ ਦਿਨ ਦਾ ਚੜ੍ਹਾਅ ਹੁੰਦਾ ਹੈ, ਪਰ ਜਾਨੀ ਖਾਂ ਮਾਨੀ ਖਾਂ ਲੈ ਕੇ ਗੰਗੂ ਨੂੰ ਨਾਲ ਸਰਹੰਦ ਦੀ ਧਰਤੀ ਵੱਲ ਆਰੰਭਤਾ ਕਰਦੇ ਹਨ। ਜਦੋਂ ਸਰਹੰਦ ਦੀ ਆਰੰਭਤਾ ਵੱਲ ਚੱਲਣ ਦਾ ਕਦਮ ਪੁੱਟਿਆ ਤੇ ਮਾਂ ਗੁਜਰੀ ਜੀ ਇੱਕ ਗੱਲ ਕਹਿੰਦੇ ਨੇ, ਵੇ ਗੰਗੂਆ, ਕਮਲਾ ਹੋ ਕੇ ਮਰੇਗਾ, ਜਿਸ ਧਨ ਦੇ ਲਾਲਚ ਦੇ ਵਿੱਚ ਤੂੰ ਗਵਾਚਿਆ ਚੇਤਾ ਰੱਖੀ, ਤੂੰ ਕਹਿਰ ਕਮਾਇਆ ਹੈ, ਪਾਗਲ ਹੋ ਕੇ ਮਰੇਗਾ। ਉਸ ਬੁੱਢੜੀ ਮਾਂ ਦੇ ਹਿਰਦੇ ਦੀਆਂ ਨਿਕਲੀਆਂ ਗੱਲਾਂ ਸੱਚ ਸੀ। ਗੁਰਮੁਖੋ, ਗੰਗੂ ਸੱਚੀ ਪਾਗਲ ਹੋ ਗਿਆ। ਇੱਕ ਗੱਲ ਨੂੰ ਚੇਤੇ ਰੱਖਿਓ, ਅਰਦਾਸ ਕਰਿਓ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਮਹਾਰਾਜ, ਜ਼ਿੰਦਗੀ ਦੇ ਵਿੱਚ ਸਿਰਫ ਗੁਜ਼ਰਾਨ ਚੱਲਦਾ ਰਹੇ, ਕਦੀ ਜ਼ਿੰਦਗੀ ਦੇ ਵਿੱਚ ਲਾਲਚ ਨਾ ਆਏ। ਆਮ ਤੌਰ 'ਤੇ ਵੇਖੋ, ਕੁੱਤਾ ਓਨਾ ਚਿਰ ਵਫ਼ਾਦਾਰ ਹੋਵੇ, ਮਾਲਕ ਦੇ ਪੈਰਾਂ ਨੂੰ ਵੀ ਚੱਟਦਾ, ਵਫ਼ਾ ਕਰਦਾ, ਮਾਲਕ ਲਈ ਭੌਂਕਦਾ ਵੀ ਹੈ, ਕਦੀ ਮਾਲਕ ਨੂੰ ਨਹੀਂ ਵੱਢੇਗਾ। ਪਰ ਜਦੋਂ ਕੁੱਤਾ ਹਲਕ ਜਾਏ ਬਗਾਨੇ ਨੂੰ, ਕੀ ਉਹ ਮਾਲਕ ਨੂੰ ਵੀ ਵੱਢਣ ਤੋਂ ਗਰੇਜ਼ ਨਹੀਂ ਕਰਦਾ। ਗੰਗੂ ਦੀ ਬਿਰਤੀ ਸ਼ਾਇਦ ਹਲਕੇ ਕੁੱਤੇ ਵਰਗੀ ਹੋ ਗਈ, ਜਿਸ ਘਰ ਦੇ ਵਿੱਚ ਰਿਹਾ ਪਲਿਆ। ਗੰਗੂ ਬਾਬਤ ਵੀ ਅਰਜ਼ ਕਰਦਾ ਜਾਵਾਂ, ਬਹੁਤ ਛੋਟੀ ਉਮਰ ਸੀ ਜਿੱਦਣ ਗੰਗੂ ਦਾ ਬਾਪੂ ਦਾ, ਗੰਗੂ ਦੇ ਸਿਰ ਤੋਂ ਬਾਪੂ ਦਾ ਸਾਇਆ ਉੱਠ ਗਿਆ। ਘਰ ਵਿੱਚ ਖਾਣ ਲਈ ਰੋਟੀ ਨਹੀਂ, ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਘਰ ਦੇ ਵਿੱਚ ਥਾਂ ਦਿੱਤੀ। ਕੀ ਹੋਇਆ ਜੇ ਤੇਰਾ ਬਾਪੂ ਚੱਲਿਆ ਗਿਆ? ਪਾਤਸ਼ਾਹਾਂ ਦਾ ਪਾਤਸ਼ਾਹ ਬਾਬੇ ਨਾਨਕ ਦਾ ਇਹ ਘਰ ਹੈ, ਸਾਹਿਬ ਨੇ ਆਪਣੇ ਘਰ ਥਾਂ ਦਿੱਤੀ। ਵੇ ਗੰਗੂ, ਸ਼ਾਇਦ ਤੇਰੇ ਖੂਨ ਦੇ ਵਿੱਚ ਵਫਾ ਵਾਲੀ ਗੱਲ ਹੀ ਨਹੀਂ ਸੀ, ਤੇਰੇ ਖੂਨ ਦੇ ਵਿੱਚ ਛੁਪੀ ਹੀ ਬੇਵਫਾਈ ਸੀ ਜੋ ਕੁਝ ਏਡਾ ਵੱਡਾ ਕਹਿਰ ਕਮਾਇਆ। ਜਾਨੀ ਖਾਂ ਮਾਨੀ ਖਾਂ ਸੂਬਾ ਏ ਸਰਹੰਦ ਦੇ ਕੋਲ ਪਹੁੰਚਦੇ ਹਨ। ਸੂਬਾ ਏ ਸਰਹੰਦ ਨੂੰ ਕਹਿੰਦੇ ਨੇ, ਐਸੀ ਗੱਲ ਦੱਸਣ ਲੱਗੇ ਹਾਂ ਬੜੀ ਖੁਸ਼ੀ ਵਾਲੀ ਹੈ। ਸੂਬਾ ਸਰਹੰਦ ਕਲਪਿਆ ਪਿਆ ਆਖਦਾ, ਜਾਓ ਚਲੇ ਜਾਓ, ਕੇਵਲ ਇੰਨਾ ਨੁਕਸਾਨ ਕਰਾ ਲਿਆ, ਇੰਨੀ ਲੱਖਾਂ ਦੀ ਫੌਜ ਮਰਵਾ ਲਈ, ਇੰਨਾ ਕੁਝ ਗਵਾ ਕੇ ਵੀ ਕੇਵਲ ਇੱਕ ਗੁਰੂ ਗੋਬਿੰਦ ਸਿੰਘ ਨਾਲ ਪਕੜਿਆ ਗਿਆ, ਇੰਨੀ ਫੌਜ ਦੇ ਵਿੱਚੋਂ ਉਹ ਚਲਾ ਜਾਏ, ਪੈਰ ਨੱਪਦੇ ਰਹਿ ਗਏ, ਪਰ ਗੁਰੂ ਗੋਬਿੰਦ ਸਿੰਘ ਕਿਸੇ ਦੇ ਹੱਥੇ ਨਾ ਲੱਗਾ। ਜਾਨੀ ਖਾਂ ਮਾਨੀ ਖਾਂ ਕਹਿੰਦੇ, ਹੁਣ ਜ਼ਰੂਰ ਆਏਗਾ। ਪੁੱਛਿਆ, ਕਿਉਂ, ਕਿਵੇਂ ਆਏਗਾ? ਆਖਿਆ, ਹਾਂ, ਉਹਦੇ ਆਉਣ ਵਾਲਾ ਪ੍ਰਬੰਧ ਕਰਕੇ ਆਏ ਹਾਂ। ਗੁਰੂ ਗੋਬਿੰਦ ਸਿੰਘ ਦੀ ਮਾਂ ਅਤੇ ਉਹਦੇ ਸਾਹਿਬਜ਼ਾਦੇ ਸਾਡੇ ਕੋਲ ਨੇ। ਸੁਬਾ ਖੁਸ਼ੀ ਦੇ ਵਿੱਚ ਝੂਮ ਉੱਠਿਆ, ਕਹਿਣ ਲੱਗਾ, ਪੁੱਤਰਾਂ ਦੇ ਮੋਹ ਦਾ ਕਰਕੇ ਹੁਣ ਤੇ ਜ਼ਰੂਰ ਆਏਗਾ, ਆਪਣੇ ਆਪ ਨੂੰ ਝੁਕਾ ਦੇਗਾ ਸਾਡੇ ਮੋਹਰੇ। ਪਰ ਕੌਣ ਜਾਣਦਾ ਸੂਬਿਆ, ਕਲਗੀਆਂ ਵਾਲਾ ਉਦਣ ਆਪ ਵੀ ਪੁੱਤਰ ਸੀ,
ਜਿੱਦਣ ਦੁਨੀਆਂ ਦੇ ਲੋਕਾਂ ਲਈ ਉਹ ਬਾਪ ਨੂੰ ਕੁਰਬਾਨ ਕਰਕੇ ਆ, ਜਿਸ ਦਿਨ ਉਹਨੇ ਆਪਣੇ ਆਪ ਨੂੰ 9 ਸਾਲ ਦੀ ਉਮਰ 'ਚ ਯਤੀਮ ਹੋਣਾ ਪ੍ਰਵਾਨ ਕੀਤਾ, ਪੁੱਤਰ ਹੋ ਕੇ ਵੀ ਬਾਪ ਕੌਮ ਦੀ ਝੋਲੀ ਦੇ ਵਿੱਚ ਪਾ ਦਿੱਤਾ। ਜਾਨੀ ਖਾਂ ਮਾਨੀ ਖਾਂ ਦਾ ਇਹ ਸੁਨੇਹਾ ਦੇਣਾ ਅਤੇ ਸੂਬਾ ਸਰਹੰਦ ਵਾਰ ਵਾਰ ਸੋਚਦਾ, ਆਖਣ ਲੱਗਾ ਮੋਰਿੰਡੇ ਤੋਂ ਛੇਤੀ ਹੀ ਸਰਹੰਦ ਵੱਲ ਉਹਨਾਂ ਨੂੰ ਲੈ ਕੇ ਆਇਆ ਜਾਏ। ਜਾਨੀ ਖਾਂ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਸਰਹੰਦ ਦੀ ਧਰਤੀ 'ਤੇ ਲਿਆਂਦਾ। ਸਰਹੰਦ ਦੀ ਧਰਤੀ 'ਤੇ ਅੱਜ ਪਹਿਲੀ ਰਾਤ ਦੀ ਆਰੰਭਤਾ ਹੈ। ਗੁਰਮੁਖੋ, ਵੈਸੇ ਤਾਂ ਇੱਕ ਇੱਕ ਪਲ, ਇੱਕ ਇੱਕ ਥਾਂ ਦੀ ਖੋਜ ਕਰਨ ਵਾਲੀ ਹੈ। ਜਦੋਂ ਜ਼ਿਕਰ ਆਉਂਦਾ ਠੰਡੇ ਬੁਰਜ ਦਾ, ਪਹਿਲੀ ਰਾਤ ਹੀ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਠੰਡੇ ਬੁਰਜ ਦੀ ਬਹੁਤ ਉੱਚੀ ਉਚਾਈ ਹੈ, ਜਿਸ ਉਚਾਈ ਨੂੰ ਇੰਨਾ ਕੁ ਉੱਚਿਆਂ ਕੀਤਾ ਹੋਇਆ ਕਿ ਇਹਦੇ ਪਿਛਲੇ ਪਾਸੇ ਕੰਧ ਦੇ ਕੋਲ ਦੀ ਖਹਿ ਕੇ ਉਸ ਵੇਲੇ ਇੱਕ ਨਦੀ ਕਹੀਏ, ਨਹਿਰ ਕਹੀਏ ਜਾਂ ਪਾਣੀ ਦਾ ਚਸ਼ਮਾ ਵਗਦਾ, ਜਿਹਦੇ ਨਾਲ ਗਰਮੀਆਂ ਦੇ ਦਿਨਾਂ ਵਿੱਚ ਵੀ ਪਾਣੀ ਨਾਲ ਛੂਹ ਕੇ ਹਵਾ ਆਉਂਦੀ ਸੀ ਠੰਡੀ। ਔਰ ਠੰਡੀ ਹਵਾ ਦਾ ਸੁੱਖ ਮਾਣਨ ਲਈ ਸੂਬਾ ਸਰਹੰਦ ਆਪ ਉਸ ਬੁਰਜ ਵਿੱਚ ਬੈਠਦਾ, ਜਿਹਦਾ ਨਾਮ ਰੱਖਿਆ ਗਿਆ ਠੰਡਾ ਬੁਰਜ। ਆਮ ਧਰਾਤਲ ਤੋਂ ਬਹੁਤ ਉੱਚਾ ਹੋਣ ਕਰਕੇ ਜ਼ਿਆਦੀ ਹਵਾ ਆਉਂਦੀ, ਜਿੱਥੇ ਗਰਮੀਆਂ ਦੇ ਵਿੱਚ ਠੰਡੀ ਹਵਾ ਵਗਦੀ ਹੋਏਗੀ, ਅੰਦਾਜ਼ਾ ਲਾਓ ਉੱਥੇ ਸਰਦੀ ਦੀ ਰੁੱਤ ਵਿੱਚ ਹਵਾ ਕੈਸੀ ਹੋਏਗੀ। ਤਨ ਦੇ ਉੱਪਰ ਲੈਣ ਲਈ ਕੁਝ ਨਹੀਂ, ਸਾਹਿਬਜ਼ਾਦਿਆਂ ਦੇ ਹੱਥ ਕੰਬਦੇ ਨੇ, ਬੁੱਲ ਨੀਲੇ ਹੋ ਗਏ, ਜ਼ੁਬਾਨ ਕੰਬਦੀ ਹੈ, ਮਾਂ ਦੀ ਗੋਦੀ ਵਿੱਚ ਬੈਠੇ ਨੇ। ਮਾਂ ਅੱਧੀ ਰਾਤ ਪਰ ਆਪਣੇ ਉੱਤੇ ਸਭ ਕੁਝ ਹੰਢਾਇਆ, ਸਾਹਿਬਜ਼ਾਦਿਆਂ ਨੂੰ ਆਖਿਆ, ਮੇਰੇ ਬੱਚਿਓ, ਵਕਤ ਜਿਹੜਾ ਚੱਲਦਾ ਹੈ ਉਹ ਦਾਦੇ ਦੀ ਮੰਜ਼ਿਲ ਦੇ ਬਹੁਤ ਨਜ਼ਦੀਕ ਲੈ ਚੱਲਿਆ। ਆਓ ਮੇਰੀਆਂ ਬਾਹਾਂ ਦੇ ਵਿੱਚ ਮੂੰਹ ਲੁਕੋ ਲਓ, ਥੋੜ੍ਹਾ ਜਿਹਾ ਮੁਖੜੇ ਨੂੰ ਨਿੱਘ ਮਿਲੇਗਾ ਅਤੇ ਤਨ ਨੂੰ ਥੋੜ੍ਹਾ ਜਿਹਾ ਸੁੱਖ ਮਿਲੇਗਾ। ਮੂੰਹ ਨਿੱਘਾ ਹੋ ਜਾਏ, ਪੈਰ ਨਿੱਘੇ ਹੋ ਜਾਣ, ਸ਼ਾਇਦ ਕਿਤੇ ਤੁਹਾਡੀ ਪਲ ਭਰ ਲਈ ਅੱਖ ਲੱਗ ਜਾਏ। ਮਾਂ ਸਾਰੀ ਰਾਤ ਕੱਲਾ ਸਰੀਰ ਦਾ ਨਿੱਘ ਹੀ ਨਹੀਂ ਦਿੱਤਾ। ਗੁਰਮੁਖੋ, ਅਸਲ ਦੇ ਵਿੱਚ ਸ਼ਹੀਦਾਂ ਦੇ ਖੂਨ ਨੂੰ ਗਰਮ ਕਰਨਾ ਹੈ। ਅਸਲ ਵਿੱਚ ਸ਼ਹੀਦਾਂ ਦਾ ਖੂਨ ਐਸਾ ਹੈ ਜਿਨ੍ਹਾਂ ਦੀਆਂ ਲੋਰੀਆਂ ਸੁਣਾ ਸੁਣਾ ਕੇ ਮਾਂ ਨੇ ਸਾਹਿਬਜ਼ਾਦਿਆਂ ਨੂੰ ਨਿੱਘ ਦਿੱਤਾ। ਲੋਰੀਆਂ ਸੁਣਾਈਆਂ, ਬੇਟਾ ਤੱਕੋ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵੱਲ, ਤੱਤੀਆਂ ਤਵੀਆਂ 'ਤੇ ਬਹਿ ਕੇ ਪੁੱਤਰੋ ਸ਼ਹੀਦ ਹੋ ਗਏ, ਪਰ ਸੀ ਨਾ ਕੀਤੀ ਧਿਆਨ ਦਿਓ, ਉਹ ਲੋਹ ਸਾਨੂੰ ਅੱਜ ਵੀ ਨਿੱਘ ਦੇ ਰਹੀ ਹੈ। ਤੱਕੋ ਮੇਰੇ ਬੱਚਿਓ, ਦਾਦਾ ਜੀ ਦਿੱਲੀ ਦੀ ਧਰਤੀ 'ਤੇ ਸ਼ਹੀਦ ਹੋ ਗਏ, ਪਰ ਮੁੱਖੋਂ ਸੀ ਨਹੀਂ ਕੀਤੀ ਮੇਰੇ ਲਾਲ ਜੀ, ਸਾਰੀ ਰਾਤ ਮਾਂ ਲੋਰੀਆਂ ਸੁਣਾਈਆਂ। ਮੈਂ ਕਹਾਂ ਕੈਸਾ ਨਿੱਘ ਬਖਸ਼ਿਆ, ਕੈਸੀਆਂ ਲੋਰੀਆਂ ਬਖਸ਼ੀਆਂ ਮਾਂ ਨੇ, ਉਹਨਾਂ ਲੋਰੀਆਂ ਸਦਕਾ, ਉਹਨਾਂ ਨਿੱਘ ਸਦਕਾ ਅੱਜ ਆ ਸਿੱਖੀ ਦਾ ਮਹਿਲ ਜਿਹੜਾ ਉਸਰਿਆ ਹੋਇਆ ਹੈ। ਖੈਰ ਜੀ, ਉਹ ਰਾਤ ਬਤੀਤ ਹੋਈ, ਦਿਨ ਦਾ ਚੜ੍ਹਾਅ ਹੁੰਦਾ ਹੈ। ਮਾਂ ਨੇ ਆਪਣੇ ਬੱਚਿਆਂ ਨੂੰ ਉਠਾ ਲਿਆ ਔਰ ਦੋਨਾਂ ਨੂੰ ਗੋਦੀ 'ਚ ਬਿਠਾਇਆ, ਬਿਠਾ ਕੇ ਆਖਿਆ, ਲਾਲ ਜੀ ਆਓ ਰਲ ਕੇ ਜਪਜੀ ਸਾਹਿਬ ਦਾ ਪਾਠ ਕਰੀਏ। ਮਾਤਾ ਜੀ ਬੱਚਿਆਂ ਨੂੰ ਪਾਠ ਸੁਣਾਉਂਦੇ ਨੇ। ਪਾਠ ਦੀ ਸਮਾਪਤੀ ਹੋਈ, ਕਿਸੇ ਦੇ ਪੈਰ ਖੜਕਣ ਦੀ ਆਵਾਜ਼ ਆਈ, ਧਿਆਨ ਦਿੱਤਾ, ਸਿਪਾਹੀ ਖੜੋਤੇ ਨੇ, ਆਖਿਆ, ਮਾਂ ਪੁੱਤਰਾਂ ਨੂੰ ਭੇਜੋ, ਅਸਾਂ ਨੇ ਕਚਹਿਰੀ ਵਿੱਚ ਪੇਸ਼ ਕਰਨਾ। ਮਾਂ ਆਖਦੀ ਏ, ਇਹਨਾਂ ਮੇਰੇ ਲਾਲਾਂ ਦਾ ਦੋਸ਼। ਕਹਿਣ ਲੱਗੇ, ਮਾਤਾ ਅਸੀਂ ਹੁਕਮ ਦੇ ਬੱਝੇ ਹਾਂ, ਅਸੀਂ ਤੇ ਸਿਪਾਹੀ ਹਾਂ, ਲੈ ਕੇ ਜਾਣਾ ਪਏਗਾ। ਪਹਿਲੇ ਦਿਨ ਦੀ ਕਚਹਿਰੀ ਸੱਜੀ, ਸਾਰੇ ਲੋਕ ਬੈਠੇ ਆ ਕੇ ਵੀ ਅੱਜ ਤੇ ਐਸਾ ਕੁਝ ਹੋਏਗਾ, ਹੋ ਸਕਦਾ ਅੱਜ ਸ਼ਾਮ ਜਾਂ ਕੱਲ੍ਹ ਤੱਕ ਗੁਰੂ ਗੋਬਿੰਦ ਸਿੰਘ ਇੱਥੇ ਜ਼ਰੂਰ ਪਹੁੰਚੇਗਾ ਜਿਹਨੂੰ ਅਸੀਂ ਫੜ ਨਹੀਂ ਸਕੇ। ਕਮਾਲ ਹੈ, ਉਹ ਬੱਚਿਆਂ ਦੇ ਮੋਹ ਵਿੱਚ ਡੁੱਬਿਆ ਭੱਜਾ ਆਏਗਾ। ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਨੇ ਅੱਗੇ ਇੱਕ ਬਹੁਤ ਵੱਡਾ ਗੜੀ ਦਾ ਦਰਵਾਜ਼ਾ, ਸੂਬਾ ਇਸ ਸਰਹੰਦ ਦੇ ਮਹਿਲ ਦਾ ਦਰਵਾਜ਼ਾ, ਪਰ ਉਸ ਦਰਵਾਜ਼ੇ ਦਾ ਇੱਕ ਛੋਟਾ ਜਿਹਾ ਚਰੋਖਾ। ਇਹਦਾ ਹਰ ਇੱਕ ਵਿਚਾਰਵਾਨ, ਹਰ ਇੱਕ ਲਿਖਾਰੀ ਜ਼ਿਕਰ ਕਰਦਾ, ਅਸਲ ਦੇ ਵਿੱਚ ਇਹ ਇਕੱਲਾ ਲੱਕੜ ਦਾ ਦਰਵਾਜ਼ਾ ਨਹੀਂ। ਚੇਤੇ ਰੱਖੋ, ਇਹਦੇ ਵਿੱਚ ਸਾਡੀ ਕੌਮੀਅਤ ਹੈ, ਇਹਦੇ ਵਿੱਚ ਸਾਡੀ ਅਣਖ ਹੈ,
ਇਹਦੇ ਵਿੱਚ ਸਾਡੀ ਗੈਰਤ ਹੈ, ਇਹਦੇ ਵਿੱਚ ਸਿੱਖੀ ਦਾ ਝੂਲਦਾ ਹੋਇਆ ਨਿਸ਼ਾਨ ਸਾਹਿਬ ਦਿਸਦਾ ਜਦੋਂ ਅਸੀਂ ਇਸ ਦਰਵਾਜ਼ੇ ਦੇ ਇਤਿਹਾਸ ਨਾਲ ਜੁੜੇ ਹੋਏ ਅੱਖਰ ਕਹਿੰਦੇ ਹਾਂ। ਅੱਜ ਵੀ ਤੁਸੀਂ ਵੇਖੋ ਮਜ਼ਾਰਾਂ ਦੇ ਦਰਵਾਜ਼ੇ ਬੜੇ ਬੜੇ ਛੋਟੇ ਲਾਏ ਨੇ, ਉਹਨਾਂ ਛੋਟੇ ਦਰਵਾਜ਼ੇ ਲਾਉਣ ਦਾ ਕਾਰਨ ਹੀ ਹੈ ਜਿਹੜਾ ਵੀ ਜਾਏ ਉਹਨੂੰ ਕਹਿਣਾ ਨਾ ਪਏ, ਉਹਦਾ ਆਪੇ ਹੀ ਸਿਰ ਝੁੱਕ ਜਾਏ। ਛੋਟਾ ਦਰਵਾਜ਼ਾ ਖੋਲ੍ਹਿਆ ਗਿਆ, ਸਿਪਾਹੀ ਪਹਿਲਾਂ ਲੰਘੇ ਨਿਵਕੇ, ਦੋਨਾਂ ਸਾਹਿਬਜ਼ਾਦਿਆਂ ਇੱਕ ਦੂਜੇ ਦਾ ਹੱਥ ਪਕੜਿਆ, ਮੁਸਕਰਾ ਪਏ। ਧਿਆਨ ਦਿਓ, ਇਕੱਲੀ ਉਮਰ ਹੀ ਛੋਟੀ ਨਹੀਂ ਹੈ, ਤਨ ਬੇਸ਼ੱਕ ਛੋਟਾ ਹੋਵੇ ਪਰ ਸੁਰਤ ਜਿਹੜੀ ਹੈ, ਸੁਰਤ ਦੀ ਉਡਾਰੀ ਸੀ ਦਾਦੇ ਵਾਲੀ, ਸੁਰਤ ਦੀ ਉਡਾਰੀ ਹੈ ਬਾਪੂ ਵਾਲੀ, ਸੁਰਤ ਦੀ ਉਡਾਰੀ ਹੈ ਦਾਦੀ ਵਾਲੀ। ਸਰੀਰ ਨਿੱਕਿਆਂ ਨੂੰ ਨਾ ਅਸੀਂ ਵੇਖੀਏ, ਗੱਲ ਵੇਖੀ ਉਹਨਾਂ ਦੀ ਸੁਰਤ ਦੀਆਂ ਰਹਿਮਤਾਂ ਕਿੰਨੀਆਂ ਵੱਡੀਆਂ ਨੇ। ਸਾਹਿਬਜ਼ਾਦਿਆਂ ਹੱਥ ਪਕੜਿਆ, ਵੀਰ ਜੀ ਵੇਖੋ ਉਹਨਾਂ ਦੀ ਇਹ ਚਲਾਕੀ ਹੈ। ਕਹਿਣ ਲੱਗੇ ਚਲਾਕੀ ਨੂੰ ਅਸੀਂ ਕੀ ਕਰਨਾ ਹੈ, ਅਸੀਂ ਇਸ ਚਲਾਕੀ ਨੂੰ ਆਪਣੇ ਤਨ 'ਤੇ ਇਸ ਤਰ੍ਹਾਂ ਨਹੀਂ ਹੰਡਾਵਾਂਗੇ, ਪਹਿਲਾਂ ਸੀਸ ਨਹੀਂ, ਪਹਿਲਾਂ ਅੱਗੇ ਆਪਣੇ ਪੈਰ ਰੱਖਾਂਗੇ। ਪੈਰਾਂ ਦੇ ਵਿੱਚ ਪਾਈਆਂ ਛੋਟੀਆਂ ਛੋਟੀਆਂ ਜੁੱਤੀਆਂ, ਨੋਕਾਂ ਵਾਲੀਆਂ ਜੁੱਤੀਆਂ ਜਦੋਂ ਦਰਵਾਜ਼ੇ ਤੋਂ ਅੱਗੇ ਰੱਖੀਆਂ, ਸੁਭਾਵਕ ਪੱਖ ਸੀ ਸੂਬਿਆ ਤੇਰੇ ਵੱਲ ਵੇਖ ਕੇ ਝੁਕਾਂਗੇ ਨਹੀਂ, ਤੇਰੇ ਇਸ ਮਹਿਲਾਂ ਨੂੰ ਤੇਰੇ ਇਸ ਦਰਬਾਰ ਨੂੰ ਅਸੀਂ ਆਪਣੇ ਇਹ ਤੇਰੇ ਤਖਤਾਂ ਨੂੰ ਅਸੀਂ ਆਪਣੇ ਕਦਮਾਂ ਦੀ ਠੋਕਰ ਦੇ ਨਾਲ ਦੂਰ ਕਰਦੇ ਹਾਂ। ਜਦੋਂ ਵੇਖਿਆ ਨਾ ਸੀਸ ਨਹੀਂ ਨਿਵਾਇਆ, ਸਭ ਤੋਂ ਪਹਿਲਾਂ ਪੈਰ ਅੱਗੇ ਲੰਘਾਏ ਨੇ, ਸਾਰੀ ਕਚਹਿਰੀ ਦੀਆਂ ਅੱਖਾਂ ਗੱਡੀਆਂ ਰਹਿ ਗਈਆਂ, ਕਹਿ ਲਓ ਪੱਥਰ ਹੋ ਗਈਆਂ ਅੱਖਾਂ, ਵੀ ਜੋ ਅਸੀਂ ਸੋਚਿਆ ਉਹ ਤੇ ਹੋਇਆ ਨਹੀਂ, ਕਚਹਿਰੀ ਵਿੱਚ ਸੁੰਨਸਾਨ ਹੈ। ਦੋਨੋਂ ਵੀਰ ਗਏ, ਇੱਕ ਦੂਜੇ ਵੱਲ ਮੂੰਹ ਕਰਕੇ ਉੱਚੀ ਆਵਾਜ਼ 'ਚ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗਿਓਂ ਆਵਾਜ਼ ਆਈ, ਬੱਚਿਓ ਖਾਮੋਸ਼, ਇਹ ਤੁਹਾਡੇ ਬਾਪੂ ਦਾ ਦਰਬਾਰ ਨਹੀਂ, ਇਹ ਅਨੰਦਪੁਰ ਸਾਹਿਬ ਨਹੀਂ, ਇਹ ਸੂਬਾ ਇਹ ਸਰਹੰਦ ਦੀ ਵਜ਼ੀਰ ਖਾਨ ਦੀ ਕਚਹਿਰੀ ਹੈ, ਇੱਥੋਂ ਦਾ ਬਾਦਸ਼ਾਹ ਹੈ ਵਕਤ ਦਾ ਵਜ਼ੀਰ ਆਲਮ ਵਜ਼ੀਰ ਖਾਂ, ਇਹਨੂੰ ਝੁੱਕ ਕੇ ਸਲਾਮ ਕਰੋ। ਬਾਬਾ ਫਤਿਹ ਸਿੰਘ ਕਹਿੰਦੇ ਨੇ, ਉੱਚਾ ਬੰਦਾ ਏਡਾ ਹੋਵੇ ਤੇ ਸੋਚ ਇੰਨੀ ਨੀਵੀਂ ਹੋਵੇ, ਕਿਹਨੂੰ ਸਲਾਮ ਕਰੀਏ? ਅਸੀਂ ਬੰਦਿਆਂ ਨੂੰ ਸਲਾਮ ਕਰਨ ਵਾਲੇ ਨਹੀਂ, ਅਸੀਂ ਤੇ ਰੱਬੀ ਬਾਣੀ 'ਚ ਰੋਜ਼ ਪੜ੍ਹਦੇ ਹਾਂ, ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਆ ਤੇ ਝੂਠੇ ਰਾਜੇ ਨੇ, ਅਸੀਂ ਤੇ ਉਸ ਮਾਲਕ ਨੂੰ ਸਿਜਦਾ ਕਰਦੇ ਹਾਂ, ਅਸੀਂ ਤੇ ਦਾਦੀ ਕੋਲੋਂ ਸਵੇਰੇ ਪੜ੍ਹ ਕੇ ਆਏ ਹਾਂ, ਆਦੇਸ਼ ਦਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਇੱਕੋ ਵੇਸ, ਸਾਡਾ ਸਿਜਦਾ ਉਸ ਸਾਹਿਬ ਦੇ ਅੱਗੇ ਤੁਹਾਡੇ ਅੱਗੇ ਨਹੀਂ। ਕਹਿਣ ਲੱਗੇ, ਤੁਹਾਨੂੰ ਪਤਾ, ਤੁਹਾਨੂੰ ਇੱਥੇ ਪਕੜ ਕੇ ਲਿਆਂਦਾ ਗਿਆ ਤਾਂ ਤੁਹਾਨੂੰ ਅਸਾਂ ਨੇ ਸੁੱਖ ਦੇਣਾ ਹੈ, ਤੁਹਾਨੂੰ ਸੋਹਣੇ ਮਹਿਲ ਦੇਵਾਂਗੇ, ਹਰ ਇੱਕ ਸੰਸਾਰੀ ਸੁੱਖ ਮਿਲੇਗਾ, ਕਿਉਂਕਿ ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ, ਤੁਹਾਡੇ ਨਾਲ ਦੇ ਖਾਲਸੇ ਨੂੰ ਮਾਰ ਦਿੱਤਾ, ਤੁਹਾਡੇ ਬਾਪੂ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹਨੇ ਬੋਲ ਕਹੇ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ, ਸੂਬਾ ਏ ਸਰਹੰਦ, ਦੁਨੀਆਂ ਵਿੱਚ ਐਸੀ ਕੋਈ ਤਾਕਤ ਨਹੀਂ ਜਿਹੜਾ ਸਾਡੇ ਬਾਪੂ ਨੂੰ ਮਾਰ ਦੇ, ਦੁਨੀਆਂ ਵਿੱਚ ਕੋਈ ਜੰਮਿਆ ਹੀ ਨਹੀਂ ਜਿਹੜਾ ਸਾਡੇ ਬਾਪੂ ਦਾ ਮੁਕਾਬਲਾ ਕਰ ਦੇ, ਤੇਰੀਆਂ ਬਾਹਾਂ ਸਾਡੇ ਬਾਪੂ ਤੱਕ ਕਦੇ ਨਹੀਂ ਪਹੁੰਚ ਸਕਣਗੀਆਂ। ਕਹਿਣ ਲੱਗੇ, ਇੰਨੇ ਛੋਟੇ ਬੱਚੇ ਤੇ ਇੰਨੀਆਂ ਵੱਡੀਆਂ ਜ਼ੁਬਾਨਾਂ, ਉਹ ਆਖਦੇ ਨੇ ਇੰਨੇ ਵੱਡੇ ਲੋਕ ਹੋਵੋ, ਏਡੀ ਨੀਵੀਂ ਸੋਚ ਹੋਵੇ, ਅਸੀਂ ਵੀ ਨਹੀਂ ਸੋਚ ਸਕਦੇ। ਕਹਿਣ ਲੱਗੇ, ਬੱਚਿਓ ਤੁਹਾਡਾ ਸਭ ਕੁਝ ਖਤਮ ਹੋ ਗਿਆ, ਅਨੰਦਪੁਰ ਸਾਹਿਬ ਖਤਮ ਹੋ ਗਿਆ, ਵੇਲਾ ਹੈ ਇਸਲਾਮ ਕਬੂਲ ਕਰੋ, ਜੇ ਇਸਲਾਮ ਨਾ ਕਬੂਲ ਕੀਤਾ ਮੌਤ ਲਈ ਤਿਆਰ ਹੋ ਜਾਓ। ਬਾਬਾ ਫਤਿਹ ਸਿੰਘ ਕਹਿੰਦੇ ਨੇ, ਸਾਰੀ ਰਾਤ ਦਾਦੀ ਨੇ ਸਿੱਖਿਆ ਹੀ ਇਹ ਦਿੱਤੀ ਹੈ, ਮੌਤ ਦੇ ਦਿਓਗੇ ਸਰੀਰ ਮਰ ਜਾਏਗਾ, ਸਾਡੇ ਜਜ਼ਬਾਤ ਨਹੀਂ ਮਰਨਗੇ, ਸਾਡੇ ਹਿਰਦੇ ਦੀ ਉਡਾਰੀ ਨਹੀਂ ਮਰੇਗੀ, ਇਹ ਜੁਗੋ ਜੁਗ ਅਟਲ ਵਸਦੀ ਰਹੇਗੀ। ਪਹਿਲਾ ਦਿਨ ਸਿਰਫ ਗੱਲੀ ਬਾਤੀ ਬੀਤ ਗਿਆ, ਵਾਪਸ ਭੇਜ ਦਿੱਤਾ। ਕਹਿਣ ਲੱਗੇ, ਇਸਲਾਮ ਧਰਮ ਜਿਹੜਾ ਹੈ ਉਹ, ਇਹ ਛੋਟੇ ਬੱਚੇ ਨਾਬਾਲਗ ਨੇ, ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਪਰ ਛੱਡਿਆ ਵੀ ਨਹੀਂ ਜਾ ਸਕਦਾ, ਕੀ ਕੀਤਾ ਜਾਏ?
ਹੁਣ ਇੱਥੇ ਰਹਿਣ ਵਾਲਾ ਇੱਕ ਸੁੱਚਾ ਆਨੰਦ ਹੈ ਜਿਹੜਾ ਨਵੇਂ ਸ਼ਹਿਰ ਦੇ ਨਜ਼ਦੀਕ, ਕਹੀਏ ਫਲੌਰ ਦੇ ਨਜ਼ਦੀਕ ਔੜ ਦਾ ਰਹਿਣ ਵਾਲਾ ਹੈ। ਇਹ ਕਹਿਣ ਲੱਗਾ ਇਹ ਸੂਬਾ ਇਹ ਸਰਹੰਦ, ਕੱਲ੍ਹ ਦੀ ਕਚਹਿਰੀ ਦੇ ਵਿੱਚ ਇੱਕ ਹੋਰ ਤਰੀਕਾ ਹੈ, ਬੱਚਿਆਂ ਨੂੰ ਦੁਬਾਰਾ ਸੱਦਿਆ ਜਾਏਗਾ, ਫਿਰ ਆਪਾਂ ਅਗਲੀ ਗੱਲ ਕਰਾਂਗੇ। ਪਹਿਲੇ ਦਿਨ ਦੀ ਕਚਹਿਰੀ ਸਮਾਪਤ, ਮਾਤਾ ਜੀ ਕੋਲ ਬੱਚਿਆਂ ਨੂੰ ਛੱਡ ਆਏ। ਬਾਬਾ ਫਤਿਹ ਸਿੰਘ ਦੂਰੋਂ ਦੌੜ ਕੇ ਗਏ, ਦਾਦੀ ਨੂੰ ਘੁੱਟ ਕੇ ਗਲ ਵਕੜੀ ਪਾਈ, ਸਾਰੀਆਂ ਗੱਲਾਂ ਪਲਾਂ ਦੇ ਵਿੱਚ ਸੁਣਾ ਦਿੱਤੀਆਂ। ਆਖਿਆ ਦਾਦੀ ਉਹ ਸਾਨੂੰ ਡਰਾਉਣਾ ਚਾਹੁੰਦੇ ਸਨ, ਪਰ ਦਾਦੀ ਅਸੀਂ ਡੋਲੇ ਨਹੀਂ, ਦਾਦੀ ਅਸੀਂ ਡਰੇ ਨਹੀਂ। ਬਾਪੂ ਦੀ ਦਿੱਤੀ ਸਿੱਖਿਆ, ਦਾਦੇ ਦੀ ਦਿੱਤੀ ਸਿੱਖਿਆ, ਤੁਹਾਡੀ ਦਿੱਤੀ ਸਿੱਖਿਆ, ਅਸੀਂ ਉਹਨਾਂ ਰਾਹੀਂ ਹਰੇਕ ਗੱਲ ਦਾ ਜਵਾਬ ਦਿੱਤਾ। ਅੱਜ ਦੂਸਰੀ ਰਾਤ ਦੀ ਆਰੰਭਤਾ ਹੋਈ। ਇੱਕ ਪਾਸੇ ਉਹ ਗੁਲਾਮ ਲੋਕ, ਇੱਕ ਪਾਸੇ ਜ਼ੁਲਮੀ ਲੋਕ, ਪਰ ਦੂਜੀ ਰਾਤ ਵਿੱਚ ਇੱਕ ਮਹਾਨ ਗੁਰੂ ਕੇ ਲਾਲ ਨੇ ਸੇਵਾ ਨਿਭਾਈ, ਜਿਹਦੇ ਚਰਨਾਂ ਦੇ ਵਿੱਚ ਪੂਰੇ ਪੰਥ ਦਾ, ਕੌਮ ਦਾ ਸੀਸ ਝੁਕਦਾ। ਧੰਨ ਬਾਬਾ ਮੋਤੀ ਰਾਮ ਜੀ ਮਹਿਰਾ। ਵੇਖੋ ਹੈ ਇਹ ਵੀ ਰਸੋਈਆ, ਹੈ ਗੰਗੂ ਵੀ ਰਸੋਈਆ, ਗੰਗੂ ਗੁਰੂ ਘਰ ਦਾ ਰਸੋਈਆ ਹੋਏਗਾ, ਪਰ ਧਿਆਨ ਦਿਓ ਸੋਚ ਕਿੱਡੀ ਗੁਲਾਮ ਹੋ ਗਈ, ਲਾਲਚ 'ਚ ਡੁੱਬ ਗਿਆ। ਇੱਕ ਮੁਗਲਾਂ ਦੇ ਘਰ ਦਾ ਰਸੋਈਆ ਹੈ, ਪਰ ਸੋਚ ਕਿੱਡੀ ਆਜ਼ਾਦ ਹੋਏਗੀ। ਰਾਤ ਪਈ, ਘਰ ਦੇ ਵਿੱਚ ਇੱਕ ਬਜ਼ੁਰਗ ਮਾਂ, ਇਹਦੀ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦਾ ਇਤਿਹਾਸ ਨੇ ਜ਼ਿਕਰ ਕੀਤਾ, ਇਹਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ। ਘਰ ਸਲਾਹ ਕਰਦਾ, ਕਚਹਿਰੀ ਦੇ ਵਿੱਚ ਅੱਜ ਮੈਂ ਅੱਖੀਂ ਵੇਖਿਆ, ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਅਤੇ ਸਾਹਿਬਜ਼ਾਦਿਆਂ ਨੂੰ ਮਾਰਨ ਦੇ ਤਰੀਕੇ ਘੜੇ ਜਾ ਰਹੇ ਨੇ। ਅੱਜ ਅਸੀਂ ਕਿੱਡੇ ਕੁ ਵੱਧ ਨਸੀਬ ਹਾਂ ਨਾ ਮਾਂ, ਨਾ ਕੋਈ ਸੇਵਾ ਕਰ ਸਕਦੇ ਹਾਂ। ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਮਾਂ ਤੁਸੀਂ ਸਾਡੇ ਘਰ ਚੱਲੋ, ਮੈਂ ਆਪਣੇ ਤਨ ਨੂੰ ਵੱਗ ਲਾ ਕੇ ਮਾਂ ਸਾਹਿਬਜ਼ਾਦਿਆਂ ਨੂੰ ਨਿੱਘ ਦੇ ਦਿਆਂ, ਪਰ ਮੈਂ ਕੁਛ ਵੀ ਨਹੀਂ ਕਰ ਸਕਦਾ। ਭਾਈ ਮੋਤੀ ਰਾਮ ਦੀ ਮਾਂ ਕਹਿੰਦੀ ਹੈ, ਬੇਟਾ ਹੋ ਸਕਦਾ ਉਹਨਾਂ ਦੀ ਸੇਵਾ ਜ਼ਰੂਰ ਕਰ। ਇਹਨੇ ਆਪਣੀ ਪਤਨੀ ਦੇ ਗਹਿਣੇ ਲਏ, ਗਹਿਣਿਆਂ ਨੂੰ ਇੱਕ ਰੁਮਾਲ 'ਚ ਬੰਨਿਆ, ਛੋਟੇ ਜਿਹੇ ਭਾਂਡੇ ਦੇ ਵਿੱਚ ਛੁਹਾਰੇ ਪਾ ਕੇ ਦੁੱਧ ਗਰਮ ਕੀਤਾ, ਔਰ ਉਸ ਦੁੱਧ ਨੂੰ ਲੈ ਕੇ ਅੱਧੀ ਰਾਤ ਤੁਰਿਆ ਜਾ ਰਿਹਾ। ਜਿਹੜਾ ਸਿਪਾਹੀ ਮਿਲਦਾ ਉਹਨੂੰ ਗਹਿਣਿਆਂ ਦਾ ਲਾਲਚ ਦੇ ਕੇ ਤੁਰਿਆ ਜਾ ਰਿਹਾ। ਵੇਖੋ ਗੱਲ ਸੇਵਾ ਭਾਵਨਾ ਦੀ ਹੈ, ਚਾਹੇ ਪਾਣੀ ਪਿਆਇਆ, ਚਾਹੇ ਦੁੱਧ ਪਿਆਇਆ, ਥੋੜ੍ਹਾ ਪਿਆਇਆ, ਜ਼ਿਆਦਾ ਪਿਆਇਆ, ਗੱਲ ਇਹ ਨਹੀਂ। ਗੱਲ ਇਹ ਹੈ ਵੀ ਭਾਵਨਾ ਕਿੱਡੀ ਕੁ ਹੋਏਗੀ। ਇੱਕ ਪਾਸੇ ਮੌਤ ਮੰਡਰਾਉਂਦੀ ਹੈ ਸਿਰ 'ਤੇ, ਪਰ ਉਹ ਗਰੀਬ ਆਪਣੇ ਗਹਿਣੇ ਵੇਚ ਰਿਹਾ, ਗਹਿਣੇ ਦੇ ਕੇ ਤੁਰਿਆ ਗਿਆ। ਮੱਥਾ ਟੇਕਿਆ, ਮਾਂ ਮੈਂ ਥੋੜ੍ਹੀ ਜਿਹੀ ਸੇਵਾ ਲੈ ਕੇ ਆਇਆ, ਚਰਨਾਂ 'ਚ ਕਬੂਲ ਕਰੋ। ਮਾਂ ਸੀਨੇ ਲਾ ਕੇ ਕਹਿੰਦੀ ਹੈ, ਮੋਤੀ ਤੈਨੂੰ ਪਤਾ ਇਸ ਸੇਵਾ ਦਾ ਖਰਜ਼ਾਨਾ ਕੀ ਮਿਲੇਗਾ? ਕਹਿਣ ਲੱਗੇ, ਮਾਂ ਮੌਤ ਤੋਂ ਵੱਡਾ ਖਰਜ਼ਾਨਾ ਕੋਈ ਨਹੀਂ, ਮੌਤ ਆ ਜਾਏਗੀ, ਬਸ ਇੰਨੀ ਕਿਰਪਾ ਕਰਿਓ ਜੀਂਦੇ ਜੀ ਵੀ ਤੁਹਾਡੇ ਚਰਨਾਂ 'ਚ ਥਾਂ ਮਿਲੀ ਹੈ, ਮਰਨ ਤੋਂ ਬਾਅਦ ਵੀ ਤੁਹਾਡੇ ਘਰ 'ਚ ਥਾਂ ਮਿਲ ਜਾਏ, ਹੋਰ ਕੁਝ ਨਹੀਂ ਮੰਗਦਾ। ਭਾਈ ਮੋਤੀ ਜੀ ਦੋ ਰਾਤ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਜੀ ਦੀ ਗਰਮ ਦੁੱਧ ਛਕਾ ਕੇ ਸੇਵਾ ਕਰਦੇ ਨੇ, ਅਤੇ ਦੁਨੀਆਂ ਅੱਜ ਵੀ ਜਸ ਗਾਉਂਦੇ ਆ, ਕਹਿੰਦੀ ਹੈ ਧੰਨ ਮੋਤੀ ਜਿਹਨੇ ਪੁੰਨ ਕਮਾਇਆ, ਗੁਰੂ ਲਾਲਾਂ ਤਾਈਂ ਦੁੱਧ ਪਹੁੰਚਾਇਆ। ਗੁਰਮੁਖੋ ਉਹਨਾਂ ਦੇ ਚਰਨਾਂ ਨੂੰ ਸਦਾ ਧਿਆਨ ਵਿੱਚ ਰੱਖੀਏ ਜਿਹੜੇ ਸਾਡੀ ਕੌਮ ਦਾ ਮਹਾਨ ਸਰਮਾਇਆ ਬਣ ਕੇ ਹੋ ਨਿਭੜੇ। ਦੂਜੀ ਰਾਤ ਫਿਰ ਬੀਤਦੀ ਹੈ, ਦਾਦੀ ਮਾਂ ਫਿਰ ਲੋਰੀਆਂ ਸੁਣਾਈਆਂ, ਫਿਰ ਸੀਨੇ ਲਾਇਆ, ਪੁੱਤਰ ਜੀ ਅੱਜ ਦਾ ਦਿਨ ਲੰਘ ਗਿਆ, ਕੱਲ੍ਹ ਦੇ ਦਿਨ ਹੋਰ ਡਰਾਉਣਗੇ। ਮੇਰੇ ਬੱਚਿਓ, ਮੇਰੇ ਨਿਡਰ ਪੁੱਤਰ ਦੇ ਪੁੱਤਰੋ, ਡੋਲਿਓ ਨਾ। ਦਾਦੀ ਮਾਂ ਦੀ ਸਿੱਖਿਆ 'ਤੇ ਅਮਲ ਕੀਤਾ। ਮੈਂ ਅੱਜ ਵੀ ਕਹਾਂ, ਕੈਸਾ ਪਿਆਰ ਬਖਸ਼ਿਆ, ਕੈਸਾ ਨਿੱਘ ਬਖਸ਼ਿਆ। ਅੱਜ ਕਿਤੇ ਹਰ ਇੱਕ ਮਾਂ, ਹਰ ਇੱਕ ਦਾਦੀ ਮਾਂ ਗੁਜਰੀ ਵਰਗੀ ਬਣ ਜਾਏ। ਅੱਜ ਮਾਂ ਦੀਆਂ, ਦਾਦੀ ਦੀਆਂ ਦਿੱਤੀਆਂ ਲੋਰੀਆਂ ਨਾਲ ਮੇਰੀ ਕੌਮ ਦਾ ਭਵਿੱਖ ਫਿਰ ਉਜਲਾ ਹੋ ਸਕਦਾ ਹੈ। ਮੇਰੀ ਕੌਮ ਦੇ ਵਿੱਚ ਅੱਜ ਵੀ ਉਹਨਾਂ ਸਾਹਿਬਜ਼ਾਦਿਆਂ ਦੀਆਂ ਰਗਾਂ ਵਾਲਾ ਖੂਨ ਆ ਸਕਦਾ ਹੈ,
ਜ਼ਰੂਰੀ ਹੈ ਅਸੀਂ ਆਪਣੇ ਇਤਿਹਾਸ ਤੋਂ ਸਦਾ ਜਾਣੂ ਹੋਈਏ। ਦੂਸਰੀ ਰਾਤ ਬੀਤੀ, ਅਗਲੇ ਦਿਨ ਦਾ ਚੜ੍ਹਾਅ ਹੋ ਗਿਆ। ਸਿਪਾਹੀ ਫਿਰ ਲੈਣ ਆਏ, ਸਾਹਿਬਜ਼ਾਦਿਆਂ ਨੂੰ ਮਾਂ ਨੇ ਆਪਣੇ ਹੱਥੀਂ ਤੋਰਿਆ। ਜਦੋਂ ਚਲੇ ਗਏ, ਅੱਜ ਫਿਰ ਕਚਹਿਰੀ ਸੱਜੀ। ਵਿਚਾਰ ਫਿਰ ਇਸ ਗੱਲ ਤੋਂ ਆਰੰਭ ਹੋਈ, ਇਸਲਾਮ ਕਬੂਲ ਕਰੋ। ਭਰਾ ਮਰ ਗਏ, ਪਿਤਾ ਨੂੰ ਮਾਰ ਦਿੱਤਾ, ਸਿੱਖ ਮਾਰ ਦਿੱਤੇ, ਪਰ ਅੱਗਿਓਂ ਆਵਾਜ਼ ਆਉਂਦੀ ਹੈ, ਮੌਤ ਪ੍ਰਵਾਨ ਹੈ, ਇਸਲਾਮ ਕਬੂਲ ਨਹੀਂ। ਕੱਲਾ ਤੁਸੀਂ ਤੇ ਸਾਡੀ ਲੜਾਈ ਨਹੀਂ, ਬਾਬਰ ਤੋਂ ਲੈ ਕੇ ਬਾਬੇ ਨਾਨਕ ਤੋਂ ਲੈ ਕੇ ਵਿਚਾਰਾਂ ਚੱਲਦੀਆਂ ਰਹੀਆਂ। ਨਾ ਸਾਡੇ ਘਰ ਦਾ ਸਤਿਗੁਰੂ ਡੋਲਿਆ, ਨਾ ਸਿੱਖ ਡੋਲੇ, ਤੇ ਭਲਿਆ ਨਾ ਸਤਿਗੁਰੂ ਦੇ ਪੁੱਤਰ ਡੋਲਣਗੇ। ਇੰਨੀ ਆਵਾਜ਼ ਆਈ, ਸੁੱਚਾ ਆਨੰਦ ਆਵਾਜ਼ ਦਿੰਦਾ ਹੈ। ਨਵਾਬ ਮਲੇਰ ਕੋਟਲੇ ਵਾਲੇ ਸ਼ੇਰ ਮੁਹੰਮਦ ਖਾਂ ਨੂੰ ਆਵਾਜ਼ ਦਿੱਤੀ, ਸ਼ੇਰ ਮੁਹੰਮਦ ਖਾਂ, ਇਹਦੇ ਤੋਂ ਵਧੀਆ ਵੇਲਾ ਨਹੀਂ, ਉੱਠ ਖੜਾ ਹੋ। ਤੇਰੇ ਭਰਾ ਨਾਰ ਖਾਂ, ਖਵਾਜ਼ਾ ਖਿਜ਼ਰ ਖਾਂ, ਤੇਰੇ ਭਤੀਜਿਆਂ ਨੂੰ ਇਹਨਾਂ ਦੇ ਪਿਤਾ ਨਹੀਂ ਤੇ ਮਾਰਿਆ, ਚਮਕੌਰ ਦੀ ਗਲੀ ਦੇ ਵਿੱਚ ਅੱਜ ਵੇਲਾ ਭਰਾ ਦਾ ਬਦਲਾ ਲੈ ਲਈਏ। ਸ਼ੇਰ ਮੁਹੰਮਦ ਖਾਂ ਉੱਠ ਕੇ ਹਾਂ ਦਾ ਨਾਰਾ ਮਾਰਦਾ, ਕਹਿਣ ਲੱਗਾ ਮਰਦ ਹਾਂ, ਮਰਦਾਂ ਵਾਂਗ ਰਣ ਤੱਤੇ 'ਚ ਜੂਝ ਕੇ ਲੜਾਂਗਾ। ਦੁਸ਼ਮਣੀ ਇਹਨਾਂ ਦੇ ਪਿਓ ਨਾਲ ਹੋਏਗੀ, ਇਹਨਾਂ ਬੱਚਿਆਂ ਮੇਰਾ ਕੁਝ ਨਹੀਂ ਵਿਗਾੜਿਆ। ਇਹ ਚੇਤਾ ਰਹੇ ਸ਼ੇਰ ਮੁਹੰਮਦ ਖਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਾਅਦ ਵਿੱਚ ਉਹ ਲੜਿਆ ਵੀ, ਉਹਦੇ ਭਤੀਜੇ ਵੀ ਲੜੇ, ਭਰਾ ਵੀ ਬਾਅਦ ਵਿੱਚ ਲੜੇ ਹੋਣਗੇ, ਪਰ ਗੱਲ ਇਹ ਨਹੀਂ। ਗੱਲ ਹੈ ਆਜ਼ਾਦ ਅਤੇ ਗੁਲਾਮ ਕੌਮ ਦਾ ਅੰਤਰ ਕੀ ਸੀ। ਆਜ਼ਾਦ ਕੌਮ ਦਾ ਬੰਦਾ ਕਹਿੰਦਾ ਹੈ ਮੈਂ ਇਹਨਾਂ ਦੇ ਬਾਪੂ ਕੋਲੋਂ ਬਦਲਾ ਲੈ ਲਵਾਂਗਾ। ਗੁਲਾਮ ਕੌਮ ਦਾ ਬੰਦਾ ਕਹਿੰਦਾ ਨਹੀਂ, ਇਹਨਾਂ ਬੱਚਿਆਂ ਕੋਲੋਂ ਬਦਲਾ ਲੈ ਲਓ। ਆਹ ਫਰਕ ਹੁੰਦਾ ਆਜ਼ਾਦ ਲੋਕਾਂ ਦਾ ਅਤੇ ਗੁਲਾਮ ਸੋਚ ਦੇ ਲੋਕਾਂ ਦਾ। ਜਦੋਂ ਇਹ ਗੱਲ ਕਹੀ, ਕਹਿਣ ਲੱਗੇ ਮਾਫ ਕਰ ਦਿੱਤਾ ਜਾਏ, ਆਖਿਆ ਇੱਕ ਵੇਲਾ ਹੋਰ ਪਰਤਾ ਲਈਏ। ਫਿਰ ਦੂਸਰੇ ਦਿਨ ਦੁਕਾਨਾਂ ਲੱਗਦੀਆਂ ਨੇ, ਜਿਹਦੇ ਵਿੱਚ ਮਠਿਆਈਆਂ ਦੀ, ਖਿਡੌਣਿਆਂ ਦੀ ਅਤੇ ਸ਼ਸਤਰਾਂ ਦੀ ਦੁਕਾਨ ਲਾਈ ਗਈ। ਇਹ ਦੁਕਾਨਾਂ ਲਾ ਕੇ ਛੱਡਿਆ ਗਿਆ, ਜਾਓ ਜੋ ਮਰਜ਼ੀ ਖਰੀਦ ਲਓ। ਸਾਹਿਬਜ਼ਾਦੇ ਮਠਿਆਈ 'ਤੇ ਨਾ ਰੁਕੇ, ਖਿਡੌਣਿਆਂ 'ਤੇ ਨਾ ਰੁਕੇ। ਹਥਿਆਰਾਂ ਤੋਂ ਇੱਕ ਨੇ ਨੇਜ਼ਾ ਚੁੱਕਿਆ, ਇੱਕ ਕਿਰਪਾਨ ਚੁੱਕੀ, ਆਖਿਆ ਇਹ ਕੀ? ਕਹਿਣ ਲੱਗੇ ਜੰਗਲਾਂ 'ਚ ਜਾਵਾਂਗੇ, ਫੌਜ ਇਕੱਠੀ ਕਰਾਂਗੇ, ਫੌਜ ਬਣਾ ਕੇ ਤੁਹਾਡੇ ਨਾਲ ਲੜਾਂਗੇ, ਉਹਨਾਂ ਚਿਰ ਲੜਦੇ ਰਹਾਂਗੇ ਜਿੰਨਾ ਚਿਰ ਜ਼ੁਲਮ ਨਹੀਂ ਮੁੱਕ ਜਾਂਦਾ ਜਾਂ ਅਸੀਂ ਨਹੀਂ ਮੁੱਕ ਜਾਂਦੇ। ਫਿਰ ਸੁੱਚਾ ਆਨੰਦ ਕਹਿੰਦਾ ਵਜ਼ੀਰੇ ਆਲਮ, ਇਹਨਾਂ ਨੂੰ ਮੁਆਫ ਕਰਨਾ ਕਿੱਥੋਂ ਦੀ ਸਿਆਣਪ ਹੈ, ਕਿੱਥੋਂ ਦੀ ਦਿਆਨਤਦਾਰੀ ਹੈ? ਨੀਕੇ ਬਾਰਕ ਤੁਮ ਮਤ ਜਾਨੋ, ਨਾਗੋਂ ਕੇ ਇਹ ਪੂਤ ਬਖਾਨੋ, ਇਹ ਤੇ ਸੱਪ ਦੇ ਪੁੱਤਰ ਸਪੋਲੀਏ ਨੇ, ਇਹਨਾਂ ਨੂੰ ਦੁੱਧ ਪਿਆਵਾਂਗੇ ਤੇ ਇਹ ਡੰਗਣਗੇ ਜ਼ਰੂਰ, ਅੱਜ ਨਹੀਂ ਤੇ ਕੱਲ੍ਹ ਇਹ ਹਕੂਮਤ ਲਈ ਖਤਰਾ ਬਣਨਗੇ। ਇਸ ਲਈ ਵੇਲਾ ਹੈ ਇਹਨਾਂ ਨੂੰ ਫੇਰ ਦਿੱਤਾ ਜਾਏ, ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ। ਕਾਜ਼ੀ ਨੂੰ ਸੱਦਿਆ ਗਿਆ, ਉਹਨੇ ਫਤਵਾ ਸੁਣਾਇਆ, ਗੁਲਾਮ ਬੰਦਾ ਹੀ ਫਤਵਾ ਸੁਣਾ ਰਿਹਾ ਕਿ ਇਹਨਾਂ ਬੱਚਿਆਂ ਨੂੰ ਜਿਉਂਦਿਆਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ, ਭਾਵ ਮਾਰ ਦਿੱਤਾ ਜਾਏ। ਇੱਕ ਵਿਚਾਰ ਦਾ ਪੱਖ ਐਸਾ ਹੈ, ਆਪਣੇ ਕੰਨੀ ਇਸ ਗੱਲ ਨੂੰ ਸੁਣ ਲਿਆ, ਪਰ ਦੂਸਰੇ ਦਿਨ ਸਜ਼ਾ ਨਹੀਂ ਕੋਈ ਦਿੱਤੀ ਗਈ। ਸਾਹਿਬਜ਼ਾਦਿਆਂ ਨੂੰ ਦਾਦੀ ਕੋਲ ਫਿਰ ਛੱਡ ਆਉਂਦਾ। ਜਦੋਂ ਦਾਦੀ ਕੋਲ ਗਏ, ਗਲ ਵਕੜੀ ਪਾ ਲਈ, ਪਰ ਖਮੋਸ਼ ਨੇ ਸਾਹਿਬਜ਼ਾਦੇ। ਦਾਦੀ ਪੁੱਛਿਆ ਮੇਰੇ ਲਾਲ ਕੀ ਹੋਇਆ? ਕਹਿਣ ਲੱਗੇ ਦਾਦੀ ਫਤਵਾ ਸੁਣਾ ਦਿੱਤਾ ਹੈ, ਕੱਲ੍ਹ ਨੂੰ ਨੀਹਾਂ ਦੇ ਵਿੱਚ ਚਿਣ ਦੇਣਗੇ। ਦਾਦੀ ਸੀਨੇ ਲਾ ਕੇ ਕਹਿੰਦੀ ਹੈ ਲਾਲ ਜੀ, ਨੀਹਾਂ 'ਚ ਹੀ ਚਿਣ ਦੇਣਗੇ, ਮਾਰ ਥੋੜ੍ਹੀ ਦੇਣਗੇ।